ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੌਸਮ ਦੀ ਤਾਜ਼ਾ ਵੱਡੀ ਅਪਡੇਟ ਦੇ ਵਿੱਚ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਤਾਜ਼ਾ ਵੱਡਾ ਅਲਰਟ ਪੂਰੀ ਜਾਣਕਾਰੀ ਲਈ ਵੀਡੀਓ ਪੂਰੀ ਅੰਤ ਤੱਕ ਦੇਖਦੇ ਰਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਹਾਂਜੀ ਬੰਗਾਲ ਦੀ ਖਾੜੀ ਵਿੱਚ ਬਣ ਰਿਹਾ ਘੱਟ ਦਬਾ ਦਾ ਸਿਸਟਮ ਜੋ ਪਾਛਮ ਵੱਲ ਸਿੱਧੀ ਲਾਈਨ ਵਿੱਚ ਗੁਜ਼ਰਦਾ ਹੋਇਆ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਹੱਦ ਤੋਂ ਜ਼ਿਆਦਾ ਭਾਰੀ ਮੀਂਹ ਨਾਲ ਹਾਲਾਤ ਖਰਾਬ ਕਰ ਸਕਦਾ ਹੈ ਇਹਦੇ ਅਸਰ ਵਜੋਂ ਪੰਜਾਬ ਵਿੱਚ ਆਸਮਾਨ ਨੂੰ ਧੁੰਦਲਾ ਬਣਾਉਣ ਵਾਲੀਆਂ ਨਾਮ ਅਰਬ ਸਾਗਰ ਦੀਆਂ ਹਵਾਵਾਂ ਨੂੰ ਰੋਕ ਲੱਗੇਗੀ ਇਹ ਸਿਸਟਮ ਪੰਜਾਬ ਵਿੱਚ ਮੌਜੂਦ ਨਮੀ ਨੂੰ ਵੀ ਖਿੱਚ ਲਵੇਗਾ ਹਾਲਾਂਕਿ ਘਟ ਦੀ ਨਮੀ ਦੀ ਪ੍ਰਕਿਰਿਆ ਦੌਰਾਨ ਵੱਧ ਹੁਮਸ ਵਾਲਾ ਜਗਾ ਨਮੀ ਘਰਨਾ ਪਾਵ ਬਰਸਾਤੀ ਗਤੀਵਿਧੀਆਂ ਤੋਂ ਇਨਕਾਰ ਨਹੀਂ ਜ਼ਮੀਨੀ ਪੱਧਰ ਤੇ ਨਮੀ ਵਿੱਚ ਆਈ ਕਮੀ ਕਾਰਨ ਹਵਾ ਦੇ ਬਾਦ ਸ਼ੁੱਧ ਹੋਣ ਤੇ ਯਾਦਾ ਮੀਂਹ ਤੋਂ ਬਿਨਾ ਵੀ ਚਿੱਟੀ ਧੁੱਪ ਤੇ ਲੰਘਦੀ ਬੱਦਲਵਾਈ ਨਾਲ ਮੌਸਮ ਵਿੱਚ ਹੱਦ ਤੱਕ ਸਹਿਜ ਅਤੇ ਆਸਮਾਨ ਖੂਬਸੂਰਤ ਰਹੇਗਾ ਦੂਜੇ ਹਫ਼ਤੇ 8 ਗਾਹਤ ਤੋਂ ਲਗਾਤਾਰ ਦੂਜਾ ਘੱਟ ਦਵਾ ਦਾ ਸਿਸਟਮ ਉੱਤਰੀ ਖਾੜੀ ਬੰਗਾਲ ਦੇ ਚ ਜਨਮ ਲਵੇਗਾ ਤੇ ਇਹ ਸਿਸਟਮ ਇਸ ਵਾਰ ਉੱਤਰ ਪੱਛਮ ਵੱਲ ਵੱਧਦਾ ਹੋਇਆ ਪੂਰਬੀ ਹਵਾਵਾਂ ਨੂੰ ਹੋਰ ਵੱਲ ਦੇਵੇਗਾ ਤੇ 9 ਗਾਹਤ ਐਤਵਾਰ ਤੋਂ ਪੰਜਾਬ ਵਿੱਚ ਮੀਂਹ ਨੂੰ ਸੱਦਾ ਦੇਵੇਗਾ ਕੁਝ ਥਾਂ 'ਤੇ 8 ਤੋਂ ਵੀ ਹਲਚਲਾਵਾਂ ਸੰਭਵ ਹਨ ਤੇ ਉੱਤਰੀ ਬੰਗਾਲ ਦੀ ਖਾੜੀ ਵਿੱਚ ਬਣਿਆ ਸਿਸਟਮ ਅਕਸਰ ਪੱਛਮਾ ਗੁਜਰਾਤ ਅਤੇ ਆਸਪਾਦੀ ਜਗ੍ਹਾ ਅਤੇ ਉੱਤਰ-ਪੱਛਮੀ ਭਾਰਤ, ਪੰਜਾਬ, ਹਰਿਆਣਾ ਵਿੱਚ ਵੀ ਮੌਨਸੂਨ ਦੀਆਂ ਚੰਗੀਆਂ ਬਰਸਾਤਾਂ ਨੂੰ ਜਨਮ ਦਿੰਦਾ ਹੈ। ਇਸ ਖਬਰ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਉਂਕਿ ਆਉਣ ਵਾਲੇ 8 ਅਤੇ 9 ਤਰੀਕ ਤੋਂ ਪੰਜਾਬ ਵਿੱਚ ਬਰਸਾਤੀ ਕਾਰਵਾਈਆਂ ਫਿਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਤਾਂ ਕਿ ਇਹ ਜਾਣਕਾਰੀ ਹਰੇਕ ਪੰਜਾਬ ਵਸਤੇ ਤੱਕ ਪਹੁੰਚ ਸਕੇ। ਔਰ ਵਾਲਿਆਂ ਤਾਂ ਤੇਰੇ ਨੂੰ ਵੱਡੀਆਂ ਖਬਰਾਂ ਤੇ ਮੌਸਮੀ ਖਬਰਾਂ ਲਈ ਚੈਨਲ ਨਾਲ ਜੁੜੇ ਰਹੋ ਤਨਵਾਦ